ਪੰਜਾਬ ਫੋਕਸ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। SSP ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਹੁਣ ਖੁਦ ਕਮਾਨ ਨੂੰ ਆਪਣੇ ਹੱਥਾਂ ਵਿੱਚ ਲੈ ਲਿੱਤਾ ਤੇ 45 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ। ਕੋਰੋਨਾ ਵਾਇਰਸ ਦੀ ਰੋਕਥਾਮ ਵਾਸਤੇ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਲੇਕਿਨ ਇਹਦੇ ਬਾਵਜੂਦ ਵੀ ਕੁਝ ਕੁ ਲੋਕ ਇੱਦਾਂ ਦੇ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਟਿੱਕੇ ਨਹੀਂ ਬਹਿ ਸਕਦੇ ਤੇ SSP ਬਟਾਲਾ ਨੇ 45 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿੱਤਾ। ਉਹਨਾਂ ਦਾ ਕਹਿਣਾ, ਜੇਕਰ ਕੋਈ ਵੀ ਵਿਅਕਤੀ ਘਰ ਤੋਂ ਬਾਹਰ ਨਿਕਲਦਾ ਤਾਂ ਉਹਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਊਗੀ। ਬਟਾਲਾ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਵਿਸ਼ੇਸ਼ ਕਰਕੇ ਉਪਿੰਦਰਜੀਤ ਸਿੰਘ ਘੁੰਮਣ SSP ਬਟਾਲਾ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਓ ਜਾਣਦੇ ਹਾਂ ਕੀ ਕਹਿਣਾ SSP ਸਾਹਿਬ ਦਾ। ਸਾਡੇ ਜਵਾਨ ਡਿਊਟੀ ਕਰ ਰਹੇ ਨੇ, ਉਹਨਾਂ ਦੇ ਨਾਲ ਖੜ੍ਹੇ ਹਾਂ ਕਿਉਂਕਿ ਜਵਾਨ ਸਾਡੇ 24 ਆਵਰ ਲਈ ਦੋ ਸ਼ਿਫਟਾਂ ਜਿਹੜੀਆਂ ਨੇ ਇਹਨਾਂ ਦੀ ਹੌਸਲਾ ਅਫਜਾਈ ਕਰਦੇ ਹਾਂ। ਬੜੀ ਮਿਹਨਤ ਨਾਲ ਡਿਊਟੀ ਕਰਦੇ ਹਾਂ। ਉੱਥੇ ਕਰਫਿਊ ਦੇ ਵਿੱਚ ਜਦੋਂ ਦਾ ਦੇਖਿਆ ਵਿਦਆਊਟ ਪਾਸ ਨਹੀਂ ਕਦੋਂ ਕਰ ਰਿਹਾ, ਲੋਕ ਇਸ ਗੱਲ ਨੂੰ ਸਮਝਦੇ ਨੇ ਜੋ ਮੈਂ ਦੇਖ ਰਿਹਾ ਵੀ ਇਹ ਜਿਹੜੀ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੈ ਤੋਂ ਬਚਿਆ ਜਾਣਾ ਚਾਹੀਦਾ। ਜਿਨ੍ਹਾਂ ਨੂੰ ਪਾਸ ਜਾਰੀ ਕੀਤੇ ਨੇ ਸਰਵਿਸਿਜ਼ ਜਿਹੜੇ ਦੇ ਰਹੇ ਨੇ ਲੋਕਾਂ ਨੂੰ, ਰਾਸ਼ਨ ਦੀ, ਸਬਜ਼ੀ ਦੀ, ਦੁੱਧ ਦੀ, ਸਿਰਫ ਸੜਕਾਂ 'ਤੇ ਉਹ ਹੀ ਮੂਵ ਕਰ ਰਹੇ ਨੇ। ਉਸ ਤੋਂ ਇਲਾਵਾ ਬਹੁਤ ਘੱਟ ਨੇ ਜਿਨ੍ਹਾਂ ਦੇ ਖਿਲਾਫ਼ ਜੇ ਕੋਈ ਬਿਨਾਂ ਪਾਸ ਤੋਂ ਕਰਦਾ ਤਾਂ ਇਹ ਕਰ ਰਹੇ ਨੇ। ਸਰ ਕੁਝ ਖਬਰਾਂ ਆ ਰਹੀਆਂ ਕਿ ਜਿਸ ਤਰ੍ਹਾਂ ਕਿ ਕਾਲਾਬਾਜ਼ਾਰੀ ਚੱਲ ਰਹੀ ਹੈ ਸਬਜ਼ੀ ਦੀ ਅਤੇ ਰਾਸ਼ਨ, ਉਹਦੇ 'ਚ ਸਿਵਲ ਸਪਲਾਈ ਡਿਪਾਰਟਮੈਂਟ ਵੀ, ਸਿਵਲ ਪ੍ਰਸ਼ਾਸਨ ਵੀ, ਪੁਲਿਸ ਵੀ ਇਸ ਗੱਲੋਂ ਚੁਕੰਨੇ ਨੇ ਵੀ ਜੇ ਕੋਈ ਇੱਦਾਂ ਦੀ ਕਾਲਾਬਾਜ਼ਾਰੀ ਕਰਦਾ ਤਾਂ ਉਹਦੇ ਖਿਲਾਫ਼ ਕਰ ਰਹੇ ਨੇ। ਮੇਰੀ ਇਹਨਾਂ ਨੂੰ ਅਪੀਲ ਵੀ ਹੈ ਅਤੇ ਇਸ ਔਖੀ ਘੜੀ ਦੇ ਵਿੱਚ ਜਦੋਂ ਕਰਫਿਊ ਲੱਗਿਆ ਲੋਕ ਘਰਾਂ 'ਚ ਬੈਠੇ ਨੇ, ਲੋਕਾਂ ਨੂੰ ਜਿਹੜੇ ਕਮਾਈ ਦੇ ਸਾਧਨ ਨੇ, ਦੁਕਾਨਾਂ ਨੇ, ਜਿੱਥੇ ਲੇਬਰ ਕਰਦੇ ਨੇ ਉਹ ਬੰਦ ਹੈ, ਇਹ ਇਹਦੇ 'ਚ ਜੇ ਕਿਸੇ ਨੂੰ ਪਾਸ ਦਿੱਤਾ ਹੈ ਤਾਂ ਉਹ ਕਾਲਾ ਬਾਜ਼ਾਰੀ ਧੰਦੇ ਵਿੱਚ ਨਾ ਪੈਣ, ਲੋਕਾਂ ਦੀ ਸੇਵਾ ਲਈ ਪਾਸ ਦਿੱਤੇ ਗਏ ਤਾਂ ਕਿ ਲੋਕਾਂ ਨੂੰ ਘਰ ਕਰਦੀ, ਜਿਵੇਂ ਅਸੀਂ ਕਰ ਰਹੇ ਹਾਂ ਹੁਣ ਸਾਰੇ ਬਾਹਰ ਖੜ੍ਹੇ ਹਾਂ ਸੜਕਾਂ 'ਤੇ, ਇਹਨਾਂ ਨੂੰ ਵੀ ਜਿਹੜੀ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਪਾਸ ਜਾਰੀ ਕੀਤਾ। ਜਿਹੜਾ ਇਸ ਧੰਦੇ 'ਚ ਪੈਸੇ ਕਮਾਉਣ ਦੀ ਕੋਸ਼ਿਸ਼ ਕਰੇ ਉਹਦੇ ਖਿਲਾਫ਼ ਜੋ ਬਣਦੀ ਕਰ ਰਹੀ ਹੈ। ਕੀ ਤੁਸੀਂ ਪਰੇਸ਼ਾਨ ਹੋ? ਵਿਅਰਥ 'ਚ ਇੱਧਰ ਉੱਧਰ ਨਾ ਭਟਕੋ, ਸਹੀ ਜਗ੍ਹਾ ਸੰਪਰਕ ਕਰੋ ਜੋਤਿਸ਼ ਵਿੱਦਿਆ ਦੇ ਸਮਰਾਟ ਪੰਡਿਤ ਸ਼ਿਵ ਦਿਆਲ ਜੀ। ਪਰੇਸ਼ਾਨੀ ਜਿਵੇਂ ਪ੍ਰੇਮੀ ਪ੍ਰੇਮਿਕਾ 'ਚ ਝਗੜਾ, ਲਵ ਮੈਰਿਜ, ਕਾਰੋਬਾਰ 'ਚ ਰੁਕਾਵਟ, ਵਿਦੇਸ਼ 'ਚ ਪੱਕਾ ਹੋਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਅਤੇ ਸੌਤਨ ਦੁਸ਼ਮਣ ਨੂੰ ਸਬਕ ਸਿਖਾਓ, ਕਰਜ਼ਾ ਮੁਕਤੀ ਦਾ ਵਿਸ਼ੇਸ਼ ਹੱਲ ਜਾਣੋ, ਵਸ਼ੀਕਰਨ ਕਰਵਾਓ, ਮਨ ਚਾਹਿਆ ਪਿਆਰ ਪਾਓ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਨਹੀਂ ਟੁੱਟਣ ਦੇਵਾਂਗਾ। ਸੰਪਰਕ ਕਰੋ 98 154 13 896।